ਲੋੜਵੰਦਾਂ ਦੇ ਘਰਾਂ ਤੱਕ ਰੋਜ਼ਾਨਾ ਸੁੱਕੇ ਰਾਸ਼ਨ ਦੇ ਪੈਕਟ ਪਹੁੰਚਾ ਰਹੇ ਹਨ ਫੂਡ ਫੋਰ ਨੀਡੀ ਐਂਡ ਪੂਅਰ ਦੇ ਵਰਕਰ। ਕੋਰੋਨਾ ਵਾਇਰਸ ਨਾਲ ਟਾਕਰੇ ਲਈ ਜਿੱਥੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ਤੇ ਲੋਕਾਂ ਨੂੰ ਰਾਹਤ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਕਰਫਿਊ ਦੌਰਾਨ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਪੁੱਜਦਾ ਕਰਨ ਲਈ ਵਿਸ਼ੇਸ਼ ਤੌਰ ਤੇ ਹੋਂਦ ਵਿੱਚ ਆਈ ਸ਼ਹਿਰ ਦੇ ਵੱਖ ਵੱਖ ਖੇਤਰਾਂ ਨਾਲ ਜੁੜੇ ਵਿਅਕਤੀਆਂ ਦੀ ਸੰਸਥਾ ਫੂਡ ਫੋਰ ਨੀਡੀ ਐਂਡ ਪੂਅਰ ਵੱਲੋਂ ਲੋੜਵੰਦਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਾ ਸੁਨੇਹਾ ਦਿੰਦਿਆਂ ਉਹਨਾਂ ਦੇ ਘਰ ਤੱਕ ਇੱਕ ਹਫ਼ਤੇ ਦੇ ਰਾਸ਼ਨ ਦੇ ਪੈਕਟ ਪੁੱਜਦੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸੰਸਥਾ ਵੱਲੋਂ ਫੇਜ਼ 7 ਦੇ ਕਮਿਊਨਿਟੀ ਸੈਂਟਰ ਤੋਂ ਆਪਣਾ ਕੰਮਕਾਜ ਚਲਾਇਆ ਜਾ ਰਿਹਾ ਹੈ, ਜਿੱਥੇ ਦੁਕਾਨਦਾਰਾਂ ਵੱਲੋਂ ਇਹ ਸਾਰਾ ਸਮਾਨ ਸਪਲਾਈ ਕੀਤਾ ਜਾਂਦਾ ਹੈ ਅਤੇ ਸੰਸਥਾ ਦੇ ਵਲੰਟੀਅਰ ਸਾਰਾ ਦਿਨ ਇਹ ਸਮਾਨ ਪੈਕ ਕਰਦੇ ਹਨ। ਬਾਅਦ ਵਿੱਚ ਵਲੰਟੀਅਰ ਇਹਨਾਂ ਪੈਕਟਾਂ ਨੂੰ ਗੱਡੀਆਂ ਵਿੱਚ ਰੱਖ ਕੇ ਵੱਖ ਵੱਖ ਥਾਵਾਂ 'ਤੇ ਲੋੜਵੰਦਾਂ ਦੇ ਦਰਵਾਜ਼ੇ ਤੱਕ ਜਾ ਕੇ ਪਹੁੰਚਾ ਕੇ ਆਉਂਦੇ ਹਨ। ਇਸ ਕੰਮ ਵਿੱਚ ਸਥਾਨਕ ਪੁਲਿਸ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਰਾਸ਼ਨ ਵੰਡਣ ਵੇਲੇ ਪੁਲਿਸ ਕਰਮਚਾਰੀ ਵੀ ਸੰਸਥਾ ਦੇ ਵਰਕਰਾਂ ਦੇ ਨਾਲ ਜਾਂਦੇ ਹਨ। ਅੱਜ ਵੀ ਫੇਜ਼ 7 ਦੇ ਕਮਿਊਨਿਟੀ ਸੈਂਟਰ ਵਿੱਚ ਵੱਡੇ ਪੱਧਰ 'ਤੇ ਇਹ ਕੰਮ ਚੱਲ ਰਿਹਾ ਸੀ। ਇਸ ਮੌਕੇ ਕੰਮ ਦੀ ਸ਼ੁਰੂਆਤ ਕਰਨ ਵਾਲੇ ਸਰਦਾਰ ਸਵਿੰਦਰ ਕੁਮਾਰ ਨੇ ਦੱਸਿਆ, ਭਵਿੱਖ ਨੂੰ ਦੇਖਦੇ ਹੋਏ ਬਿਮਾਰੀ ਨਾ ਫੈਲੇ ਉਸਨੂੰ ਦੇਖਦੇ ਸਰਕਾਰ ਨੇ ਲੋਕਡਾਊਨ ਕੀਤਾ ਤੇ ਇਮੀਡੀਏਟਲੀ ਕਰਫਿਊ ਲਗਾਇਆ, ਜੋ ਕਿ ਸਰਕਾਰ ਦੀ ਮਜਬੂਰੀ ਸੀ। ਲੇਕਿਨ ਉਹ ਤੋਂ ਬਾਅਦ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਆਈਆਂ ਉਹਦਾ ਸਰਕਾਰ ਨੂੰ ਅੰਦਾਜ਼ਾ ਸੀਗਾ ਜਾਂ ਨਹੀਂ ਸੀਗਾ, ਪਰ ਸਾਨੂੰ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ। ਲੇਕਿਨ ਜਦ ਆਪਾਂ ਦੇਖਿਆ ਕਿ ਉਹਨਾਂ ਨੂੰ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਬਤੀਤ ਕਰਦੇ ਆ, ਰੋਜ਼ ਕਮਾ ਕੇ ਰੋਜ਼ ਖਾਣ ਵਾਲੇ, ਉਹਨਾਂ ਦੀ ਪ੍ਰੋਬਲਮ ਇੱਕਦਮ ਵੱਧ ਗਈਆਂ, ਲੋਕ ਪੈਨਿਕ ਵਿੱਚ ਵੀ ਆ ਗਏ। ਅਤੇ ਉਹਨੂੰ ਦੇਖਦੇ ਹੋਏ ਵੀ ਇਹਦਾ ਕੋਈ ਨਾ ਕੋਈ ਆਪਾਂ ਕੋਸ਼ਿਸ਼ ਕਰੀਏ ਵੀ ਸਮਾਜ ਦੀ ਆਪਾਂ ਸੇਵਾ ਕਰੀਏ, ਮਨ ਵਿੱਚ ਪਹਿਲੇ ਵੀ ਸੀ ਲੇਕਿਨ ਕਦੇ ਸੰਯੋਗ ਨਹੀਂ ਬਣਿਆ, ਪਰਮਾਤਮਾ ਨੇ ਕਦੇ ਮੌਕਾ ਇਹੋ ਜਿਹਾ ਦਿੱਤਾ ਨਹੀਂ। ਲੇਕਿਨ ਚਲੋ ਇਹ ਦਿਮਾਗ ਵਿੱਚ ਆਈ, ਗੱਲ ਕੀਤੀ ਦੋ ਵੀਰਾਂ ਨਾਲ ਅਤੇ ਉਹਨਾਂ ਨੇ ਵੀ ਥੋੜ੍ਹੀ ਜਿਹੀ ਹਿੰਮਤ ਵਧਾਈ ਵੀ ਚੱਲ ਸ਼ਵਿੰਦਰ ਤੁਸੀਂ ਸ਼ੁਰੂ ਕਰੋ ਵੀ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ, ਇੱਕ ਵਾਰ ਆਪਣੇ ਪੈਸੇ ਲੱਗ ਜੂੰਗੇ। ਅਤੇ ਚਲੋ ਆਪਾਂ ਸ਼ੁਰੂ ਕੀਤੀ, ਪਰ ਪਰਮਾਤਮਾ ਦੀ ਕਿਰਪਾ ਨਾਲ ਉਹ ਸ਼ੁਰੂ ਕਰਦੇ ਹੀ ਆਪਾਂ ਇੱਕ ਗਰੁੱਪ ਬਣਾ ਦਿੱਤਾ, ਫੂਡ ਫੋਰ ਨੀਡੀ ਐਂਡ ਪੂਅਰ ਪੀਪਲਸ। ਉਹ ਗਰੁੱਪ ਬਣਾਉਂਦੇ ਹੀ ਸਾਨੂੰ ਸਾਰਿਆਂ ਦਾ ਸਹਿਯੋਗ ਮਿਲਿਆ, ਸਭ ਤੋਂ ਜ਼ਿਆਦਾ ਸਾਨੂੰ ਸਾਡੀ ਐਸੋਸੀਏਸ਼ਨ MPCA ਡੀਲਰ ਭਰਾ, ਕਿਉਂਕਿ ਮੈਂ ਵੀ ਇਸੀ ਪ੍ਰੋਫੈਸ਼ਨ ਤੋਂ ਹੈ ਜੀ, ਡੀਲਰਾਂ ਨਾਲ ਸ਼ੁਰੂ ਤੋਂ ਮੇਲ ਹੈ, ਸਾਡੀ ਐਸੋਸੀਏਸ਼ਨ ਪਹਿਲੇ ਵੀ ਕਾਫੀ ਚੰਗੇ ਕੰਮ ਕਰਦੀ ਆਈ ਹੈ ਜੀ। ਉਹਨਾਂ ਦਾ ਮੈਨੂੰ ਇੱਕਦਮ ਰਿਸਪੋਂਸ ਮਿਲਿਆ ਕਿ ਚਲੋ ਸ਼ਵਿੰਦਰ ਆਪਾਂ ਤੇਰੇ ਨਾਲ ਹੈ, ਤੁਸੀਂ ਕਿਸੋ। ਉਹਨਾਂ ਨੇ ਸਾਡਾ ਬੜਾ ਸਹਿਯੋਗ ਮਿਲਿਆ, ਹੌਲੀ ਹੌਲੀ ਆਪਾਂ ਸ਼ੁਰੂ ਕੀਤਾ। ਸਾਨੂੰ ਮੋਹਾਲੀ ਟ੍ਰੇਡਰ, ਮੋਹਾਲੀ ਰੈਜੀਡੈਂਟ, ਮੋਹਾਲੀ ਜਿੰਨੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਹੈ ਉਹਨਾਂ ਦਾ ਸਹਿਯੋਗ ਮਿਲਿਆ, ਜਿੰਨੇ ਦੁਕਾਨਦਾਰ ਹੈ ਜਿਹੜੇ ਜਾਣਕਾਰ ਹੈ ਉਹਨਾਂ ਦਾ ਤਾਂ ਭਰਪੂਰ ਸਹਿਯੋਗ ਮਿਲਿਆ ਹੀ ਮਿਲਿਆ। ਜਿਹੜੀ ਆਮ ਜਨਤਾ ਜਿਹੜੀ ਕਦੇ ਸਾਨੂੰ ਮਿਲੀ ਨਹੀਂ, ਕਦੇ ਸਾਨੂੰ ਜਾਣਦੇ ਨਹੀਂ, ਉਹਨਾਂ ਦਾ ਸਾਨੂੰ ਇੰਨਾ ਕੁ ਸਹਿਯੋਗ ਮਿਲ ਰਿਹਾ ਵੀ ਉਹਨਾਂ ਨੇ ਸਾਨੂੰ ਜੀ ਖੋਲ੍ਹ ਕੇ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਮਰਜ਼ੀ ਇਸ ਮੁਹਿੰਮ ਨੂੰ ਸਿਰੇ ਲਗਾਓ, ਆਪਾਂ ਤੁਹਾਡੇ ਨਾਲ ਹੈ, ਜਿੰਨੇ ਦਿਨ ਇਹ ਚੱਲੇਗਾ ਤੁਹਾਨੂੰ ਇਹਦੇ ਕਮੀਆਂ ਨਹੀਂ ਆਉਣ ਦਿੱਤੀਗੀ। ਆਪਾਂ ਪਹਿਲੇ ਦਿਨ ਸੋਚ ਕੇ ਚੱਲੇ ਸੀਗੇ ਵੀ ਆਪਾਂ 4-5 ਲੱਖ ਰੁਪਇਆ ਆਪਣੇ ਪੱਲੋਂ ਦੀ ਕੋਸ਼ਿਸ਼ ਕਰਾਂਗੇ ਵੀ ਸੇਵਾ ਕਰਨ ਦੀ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਆਈ ਔਰ ਸਾਡੇ ਪੈਸੇ ਪਏ। ਆਪਾਂ ਨੇ 2 ਦਿਨ ਵਾਸਤੇ ਆਪਣੇ ਪੈਸੇ ਤਿਆਰ ਰੱਖੇ ਲੇਕਿਨ ਸਾਡੀ ਪੈਣ ਨਹੀਂ ਦਿੱਤੇ, ਲੋਕਾਂ ਨੇ ਪੈਸੇ ਸਾਨੂੰ ਬਹੁਤ ਸਮਰਥਨ ਦਿੱਤਾ, ਉਹਨਾਂ ਨੇ ਸਾਡੀ ਐਸੋਸੀਏਸ਼ਨ ਦਾ ਖਾਸ ਕਰਕੇ ਜੀ ਬਹੁਤ ਜ਼ਿਆਦਾ ਸਾਨੂੰ ਉਹਦਾ ਸਹਿਯੋਗ ਮਿਲਿਆ। ਇਸ ਮੌਕੇ ਸਰਦਾਰ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਤਰੀਕੇ ਨਾਲ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਦਾ ਇਹ ਵਿਚਾਰ ਉਹਨਾਂ ਦੇ ਮਿੱਤਰ ਸਰਦਾਰ ਸਵਿੰਦਰ ਕੁਮਾਰ ਅਤੇ ਸਰਦਾਰ ਹਰਪ੍ਰੀਤ ਸਿੰਘ ਡਡਵਾਲ ਦਾ ਸੀ ਅਤੇ ਉਹਨਾਂ ਤਿੰਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦੱਸਿਆ ਕਿ ਇਸ ਕੰਮ ਵਿੱਚ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਭਰਵਾਲ ਅਤੇ ਅਹੁਦੇਦਾਰਾਂ ਸ਼੍ਰੀ ਟਿੰਕੂ ਆਨੰਦ, ਸ਼੍ਰੀ AK ਪਵਾਰ,
ਮਨੂ ਸਾਹਨੀ, ਰਾਜੂ ਸੱਬਰਵਾਲ, ਆਕਾਸ਼ ਬੰਸਲ, ਆਸ਼ੀ ਆਨੰਦ, ਰਾਜਾ ਸਤਨਾਮ ਸਿੰਘ ਤੋਂ ਇਲਾਵਾ ਲਾਇਨਸ ਕਲੱਬ, ਬਿਲਡਰ ਐਂਡ ਪ੍ਰੋਮੋਟਰ ਐਸੋਸੀਏਸ਼ਨ, ਇੰਡਸਟਰੀ ਐਸੋਸੀਏਸ਼ਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਅਤੇ ਵੱਖ ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਜਨਰਲ ਟ੍ਰੇਡਰਸ ਵੱਲੋਂ ਵੀ ਪੂਰਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਸਾਰੀਆਂ ਸੰਸਥਾਵਾਂ ਦੇ ਮੈਂਬਰ ਅਤੇ ਅਹੁਦੇਦਾਰ ਇੱਕ ਟੀਮ ਬਣ ਕੇ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਸਤਾਈ ਤਰੀਕ ਨੂੰ ਅਸੀਂ ਇਹ ਮੁਹਿੰਮ ਚਲਾਈ ਸੀ, ਸਾਡਾ 26 ਤਰੀਕ ਰਾਤ ਨੂੰ ਸਲਾਹ ਬਣੀ ਸੀ ਸੁਖਵਿੰਦਰ ਜੀ ਮੇਰੀ ਅਤੇ 27 ਤਰੀਕ ਨੂੰ ਸਵੇਰੇ ਆਪਣੇ MPCA ਜਿਹੜੇ ਪ੍ਰੋਪਰਟੀ ਡੀਲਰਸ ਅਤੇ ਰੀਅਲ ਸਟੇਟ ਵਾਲੇ ਨੇ ਇਹਨਾਂ ਨਾਲ ਗੱਲਬਾਤ ਹੋਈ। 27 ਨੂੰ ਸਵੇਰੇ ਅਸੀਂ ਮੁਹਿੰਮ ਚਲਾਈ ਸੀ, ਅੱਜ ਸਾਡਾ 5ਵਾਂ ਦਿਨ ਹੈ। 2 ਦਿਨ ਤੁਹਾਨੂੰ ਥੋੜ੍ਹਾ ਸੈਟਿੰਗ ਹੋਣ ਲੱਗ ਗਏ ਸੀਗੇ ਅਤੇ ਹੁਣ ਹੁੰਗਾਰਾ ਇੰਨਾ ਜ਼ਿਆਦਾ ਮਿਲ ਗਿਆ, ਇੰਨਾ ਜ਼ਿਆਦਾ ਵੇਵ ਬਣ ਗਈ, ਲੋਕ ਮੋਹਾਲੀ ਦੇ ਜਿਹੜੇ ਰੈਜੀਡੈਂਟਸ ਨੇ NRI ਭਰਾ ਨੇ ਹੋਰ ਜਿਹੜੇ ਹੈਗੇ ਲੋਇੰਸ ਕਲੱਬ ਹੈ ਅਤੇ ਇਹਨਾਂ ਨੇ ਸਹਿਯੋਗ ਬਹੁਤ ਮੋਨੀਟਰੀ ਕੀਤਾ, ਵੋਲੰਟਰੀ ਵੀ ਬੰਦੇ ਬਹੁਤ ਆਏ ਨੇ ਅਤੇ ਇਹਦੇ ਕਰਕੇ ਅਸੀਂ ਫਿਰ ਹੁਣ ਜਿਹੜਾ ਸਾਡਾ ਆਊਟਪੁੱਟ ਨਿਕਲ ਗਈ, ਪਹਿਲੇ ਦਿਨ 2 ਦਿਨ 200 ਪੈਕਟ ਸੀਗੀ, 200 ਪੈਕਟ ਮਤਲਬ 200 ਫੈਬਰਿਕ ਡਰਾਈ ਰਾਸ਼ਨ ਦੇ ਵਿੱਚ 5 ਕਿਲੋ ਆਟਾ, ਚਾਵਲ, ਦਾਲ, ਤੇਲ ਦੀ ਬੋਟਲ, ਹਲਦੀ, ਗਰਮ ਮਸਾਲਾ, ਚੀਨੀ, ਨਮਕ ਅਤੇ ਆਲੂ ਅਤੇ ਪਿਆਜ਼ 1 ਕਿਲੋ ਅਤੇ 3 ਕੁ ਦਿਨ ਲਈ ਰਾਸ਼ਨ ਚੱਲ ਜਾਂਦਾ ਅਤੇ ਆਪਾਂ ਹੁਣ ਤੱਕ ਟੋਟਲ 1300 ਪੈਕਟ ਬਣ ਚੁੱਕੇ, 1300 ਫੈਮਿਲੀਜ਼ ਕਵਰ ਕਰ ਚੁੱਕੇ ਹਾਂ, ਹੁਣ ਸਾਡਾ ਟਾਰਗੇਟ ਹੈ 500 ਪੈਕਟ ਰੋਜ਼ ਦਾ। ਇਸ ਮੌਕੇ ਸਰਦਾਰ ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿਆ ਕਿਹੜੇ ਨੀਡੀ ਆ, ਤੁਸੀਂ ਕਿੱਦਾਂ ਆਈਡੈਂਟੀਫਾਈ, ਤੁਸੀਂ ਮਤਲਬ ਤੁਹਾਡੇ ਕੋਲ ਲੋਕ ਕਿੱਦਾਂ ਆ ਰਹੇ? ਅਸੀਂ ਅਲੱਗ ਅਲੱਗ ਜਿਹੜੀਆਂ ਹੈਗੀਆਂ ਇਹ ਆਪਣੀਆਂ ਟੀਮਸ ਜਿਹੜੀਆਂ ਸੈਗਰੇਟ ਕਰ ਸੈਗਮੈਂਟਸ ਜੀਆਂ ਬਣਾ ਦਿੱਤੀਆਂ, ਜਿਵੇਂ ਕੱਚੀ ਮੰਡੀ, ਜਿਵੇਂ ਐਰੋ ਸਿਟੀ ਹੈ, 88-99 ਹੈ ਅਤੇ ਹੋਰ ਕਈ ਜਿਹੜੇ ਹੈਗੇ ਨੋਨ ਕੰਸਟਰਕਸ਼ਨ ਅੰਡਰ ਕੰਸਟਰਕਸ਼ਨ ਜਿਹੜੇ ਹੈਗੇ ਏਰੀਆਜ਼ ਹੈਗੇ ਜਿੱਥੇ ਲੇਬਰ ਫਸ ਕੇ ਰਹਿ ਗਈ, ਜੇ ਉਹ ਬਾਹਰ ਘਰੋਂ ਬਾਹਰ ਨਿਕਲਦੇ ਆ ਜਿੱਥੇ ਬਣਾ ਰਹੇ ਹਾਂ ਮਕਾਨ, ਬਿਲਡਿੰਗਾਂ ਅਤੇ ਪੁਲਿਸ ਤੋਂ ਡਰਦੇ, ਪੁਲਿਸ ਮਤਲਬ ਉਹ ਵੀ ਆਪਣੀ ਜਗ੍ਹਾ ਠੀਕ ਹੈ ਪੁਲਿਸ ਵੀ, ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਾਡੇ ਜਿਹੜੇ ਹੈਗੇ ਇੱਕ ਵਲੰਟੀਅਰ ਹੈਗੇ ਜਿਹੜੇ ਉਹਨਾਂ ਨੂੰ ਆਇਡੈਂਟੀਫਾਈ ਕਰਦੇ ਹਾਂ ਕਿੱਥੇ ਕਿੱਥੇ ਬੈਠੇ ਹੈ, ਲੱਭਦੇ ਹਾਂ ਅਤੇ ਬਾਕੀ ਜਿਹੜੀ ਇੱਥੇ ਸਾਡੇ ਨਾਲ ਕਮਿਊਨੀਕੇਟ ਕਰਦੇ ਹਾਂ, ਅਸੀਂ ਉੱਥੋਂ ਦੀ ਫਿਰ ਜਿਹੜਾ ਹੈਗਾ ਪੈਕਿੰਗ ਕਰਾ ਕੇ ਗੱਡੀਆਂ ਜਿੱਦਾਂ ਤੁਸੀਂ ਦੇਖ ਰਹੇ ਹੋ ਗੱਡੀਆਂ ਭਰ ਕੇ ਅਸੀਂ ਭੇਜਦੇ ਹਾਂ ਸਾਰੇ। ਜੇ ਕੋਈ ਨੀਡੀ ਨਿਊਜ਼ ਦੇਖ ਕੇ ਜੇ ਕੋਈ ਨੀਡੀ ਬੰਦਾ ਤੁਹਾਡੇ ਨਾਲ ਅਪਰੋਚ ਕਰਦਾ ਤੁਹਾਨੂੰ ਮਿਲ ਸਕਦਾ? ਹਾਂ ਹਾਂ, ਸਾਨੂੰ ਮਤਲਬ ਕਿ ਉਹ ਜਿਹੜਾ ਹੈਗਾ ਅਪਰੋਚ ਕਰਦੇ ਹਾਂ ਫਿਰ ਆਪਣੇ ਏਰੀਆਸ ਵਾਸਤੇ ਅਸੀਂ ਉੱਥੇ ਭੇਜ ਦਿੰਦੇ ਹਾਂ। ਇੱਕ ਇਹ 2-3 ਬੰਦਿਆਂ ਤੋਂ ਸੋਚ ਸ਼ੁਰੂ ਹੋਈ ਸੀ ਇਹ ਮੁਹਿੰਮ ਅਤੇ ਇਹ ਕਦੋਂ ਸਲਾਬ ਬਣ ਗਈ, ਕਦੋਂ ਇਹ ਇੰਨੇ ਰਫਤਾਰ ਫੜ ਲਈ ਸਾਨੂੰ ਵੀ ਨਹੀਂ ਪਤਾ ਲੱਗਿਆ, ਬਟ ਇਹ ਆ ਵੀ ਮੈਂ ਤਹਿ ਦਿਲੋਂ ਸ਼ੁਕਰਾਨਾ ਕਰਦਾ ਸਾਰਿਆਂ ਦਾ ਵੀ ਹਰ ਇੱਕ ਆਪਣੇ ਮੈਂਬਰ ਦਾ, ਸਾਡੀ ਜਿਹੜੇ MPCA ਸੰਸਥਾ ਦੇ ਨਾਲ ਜੁੜੀ ਹੋਈ ਹੈ, ਲਾਇਨਸ ਕਲੱਬ, ਸੀਨੀਅਰ ਸਿਟੀਜ਼ਨ, ਹੋਰ ਜਿਹੜੀਆਂ ਹੈਗੀਆਂ ਬਿਲਡਰਸ ਐਸੋਸੀਏਸ਼ਨ, ਹੋਰ ਜਿਹੜੀਆਂ ਹੈਗੀਆਂ ਇੰਡਸਟਰੀਅਲ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਅਤੇ ਉਹ ਨਾਲ ਸਾਰੀਆਂ ਜੁੜੀਆਂ ਅਤੇ ਸਾਰਿਆਂ ਦਾ ਪ੍ਰਬੰਧਕਾਰ ਹੈ। ਅਸੀਂ ਇੱਕ ਸਲੋਗਨ ਵੀ ਬਣਾਇਆ ਹੋਇਆ ਵੀ ਗਰੀਬ ਕਿਸੇ ਨੂੰ ਰੋਣ ਨਹੀਂ ਦੇਣਾ, ਉੱਥੇ ਕਿਸੇ ਨੂੰ ਸੁਣ। ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵੱਲੋਂ ਹੈਲਪਲਾਈਨ ਵੀ ਆਰੰਭ ਕੀਤੀ ਗਈ ਹੈ ਜਿਸ ਦੇ ਤਹਿਤ ਲੋੜਵੰਦ ਵਿਅਕਤੀ ਫੋਨ ਕਰਕੇ ਆਪਣੀ ਲੋੜ ਦਰਜ ਕਰਵਾ ਸਕਦੇ ਹਨ ਅਤੇ ਸੰਸਥਾ ਦੇ ਵਰਕਰ ਉਹਨਾਂ ਦੇ ਘਰ ਤੱਕ ਰਾਸ਼ਨ ਪੁੱਜਦਾ ਕਰ ਦੇਣਗੇ। ਸਕਾਈ ਹਾਕ ਟਾਈਮਜ਼ ਲਈ ਦਲਜੀਤ ਸਿੰਘ ਦੇ ਨਾਲ ਜਸਵਿੰਦਰ ਸਿੰਘ ਦੀ ਰਿਪੋਰਟ।